ਲਓ ਜੀ, ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ ਸਾਰਿਆਂ ਨੂੰ। ਅੱਜ ਚੱਲਦੇ ਹਾਂ ਅਲਮਾਰਾ ਨੂੰ ਸਕੂਲ ਛੱਡਣ। ਲਓ ਜੀ, ਆਪਾਂ ਸਵੇਰੇ ਹੀ ਗੁੱਡੀ ਦਾ ਖਾਣਾ ਦਾਣਾ ਜਿਹਾ ਤਿਆਰ ਕਰਤਾ ਤੇ ਆਪਾਂ ਸਿਰ ਵੀ ਧੋ ਲਿਆ। ਹਾਏ, ਹੋਰ ਇੰਨਾ ਟਾਈਮ ਤਾਂ ਹੁੰਦਾ ਭਾਈ ਜੀ, ਸਵੇਰੇ ਜਲਦੀ ਉੱਠ ਜੋ। ਇੱਕ ਤਾਂ ਨਾ ਜਦੋਂ ਕਿਤੇ ਜਾਣਾ ਹੁੰਦਾ ਨਾ, ਟਟਿਆਣੇ ਜੇ ਹੀ ਨੀ ਠੀਕ ਆਉਂਦੇ ਦੋ ਦੰਦਾਂ ਵਾਲੇ। ਇਹਨਾਂ ਦੇ ਟੋਪੀ ਤੇ ਬੂਟ ਢਾ ਕੇ ਪਾਉਣੇ ਪੈਂਦੇ ਆ। ਮਖਾ ਸਵੇਰੇ ਸਵੇਰੇ ਕੌਣ ਇਹਨਾਂ ਨਾਲ ਭਰਿੰਡਾਂ ਦੇ ਖੱਖਰਾਂ ਨਾਲ ਪੰਗਾ ਲਊਗਾ? ਮੈਂ ਭੈਣ ਭੁਤਨੀ ਨੂੰ ਕਿਹਾ, ਮਖਾ ਜਾ ਵੀਰੇ ਦੇ ਆਪਦੇ ਤੇ ਟੋਪੀ ਪਾ, ਕਹਿੰਦਾ ਗੰਦੀ ਦੀਦੀ। ਉਹ ਬਿੱਲੂ, ਹਰ ਵਾਰ ਇਹ ਨੀ ਕੰਮ ਆਉਂਦਾ ਵੀ ਲਾਤੋਂ ਕੇ ਭੂਤ ਬਾਤੋਂ ਸੇ ਨੀ ਮਾਨ ਤੇ, ਕਦੇ ਕਦੇ ਪਿਆਰ ਨਾਲ ਵੀ ਕੰਮ ਬਣ ਜਾਂਦੇ। ਮਖਾ ਲੈ, ਮੇਰਾ ਪੁੱਤ ਤਾਂ ਉਂਗਲ ਫੜ ਕੇ ਤੁਰਦਾ ਮਾਂ ਦੀ, ਆਹ ਵੇਖੋ ਸਾਹੂ ਬਣੇ ਤੁਰਿਆ ਜਾਂਦਾ। ਆਹ ਵੇਖ ਲਓ, ਇਹ ਹਿਊਮਨ ਨੇਚਰ ਹੀ ਹੁੰਦੀ ਹੈ, ਮਾੜੀ ਜਿਹੀ ਪ੍ਰਧਾਨਗੀ ਦਿੱਤੀ ਨੀ ਤੇ ਖੁਸ਼ ਹੋਇਆ ਨੀ। ਮਖਾ ਮੇਰਾ ਪੁੱਤ ਨਾ ਆਪ ਡਰਾਅਰ ਖੋਲ ਕੇ ਤੇ ਇਹਦੇ ਵਿੱਚੋਂ ਚਾਬੀ ਕੱਢੂਗਾ ਕਾਰ ਦੀ। ਪੁੱਤ ਮੇਰਾ ਬਾਗੋ ਬਾਗ, ਕਹਿੰਦਾ ਹਾਂ ਮਾਂ ਮੈਂ ਲੈ ਕੇ ਆਊਂਗਾ ਚਾਬੀ ਤਾਂ। ਸਾਰਾ ਟਾਈਮ ਨਾ ਘੂਰਿਆ ਕਰੋ, ਫਿਰ ਢੀਠ ਬਣ ਜਾਂਦੇ ਆ। ਸਾਰਾ ਟਾਈਮ ਪਿਆਰ ਕਰੋਂਗੇ, ਕਦੇ ਕਦੇ ਘੂਰੋਂਗੇ ਨਾ, ਘੂਰ ਮੰਨ ਜਾਂਦੇ ਆ ਫਿਰ। ਨਹੀਂ ਤਾਂ ਫਿਰ ਅੱਖਾਂ ਚ ਅੱਖਾਂ ਪਾ ਕੇ ਜੇ ਮੈਂ ਗੰਦੀ ਦੀਦੀ ਕਹਿ ਕੇ ਆਏ, ਉਵੇਂ ਹੀ ਡਾਇਲੋਗ ਬਾਜੀ ਚੱਲਦੀ ਆ ਫਿਰ ਇਹਨਾਂ ਦੀ। ਫਿਰ ਕੀ ਸੀ, ਮਾੜੀ ਜਿਹੀ ਪ੍ਰਧਾਨਗੀ ਦਿੱਤੀ ਨੀ ਤੇ ਚਾਬੀਆਂ ਸਾਰੀਆਂ ਕੱਢਣ ਲੱਗ ਗਿਆ। ਮਖਾ ਚੁੱਪ ਕਰਕੇ ਤਾਂ ਨੱਕ ਦੀ ਸੇਧ ਨਾਲ ਸਿੱਧਾ ਹੋ ਜਾ, ਭੈਣ ਲੇਟ ਹੋ ਜੂਗੀ ਸਕੂਲੋਂ। ਵੇਖਿਆ, ਉਂਗਲ ਫੜ ਕੇ ਆਏ ਚੱਲਦੇ ਆ ਪਿਆਰ ਨਾਲ। ਆਏ ਮੇਰਾ ਖਰਗੋਸ਼ੀ ਠੋਣਾ। ਖਰਗੋਸ਼ੀ ਹਜੇ ਸਮਾਈਲ ਦੇ ਹੀ ਰਿਹਾ ਸੀ ਕਿ ਭੈਣ ਨੇ ਇਹ ਆਹ ਪੰਤਾ ਮੱਥਾ ਦੱਸ ਜਵਾਕ ਦਾ ਮਾਰ ਕੇ ਬੈਗ। ਸਭ ਆਪਦੀ ਆਪਦੀ ਦੁਨੀਆਂ 'ਚ ਫਿਰਦੇ ਆ, ਮੂੰਹ ਕਿਸੇ ਹੋਰ ਪਾਸੇ ਚੱਕੇ ਬਿਆ। ਇਹ ਤੋਂ ਨਾ ਮੈਨੂੰ ਇੱਕ ਬਚਪਨ ਦੀ ਗੱਲ ਯਾਦ ਆ ਗਈ। ਕਿਸੇ ਵਿਆਹਾਂ ਸ਼ਾਦੀਆਂ 'ਚ ਜਾਣਾ ਨਾ, ਭੋਰਾ ਭਰਾ ਹੁੰਦੇ ਸੀ ਜਦੋਂ ਛੋਟੇ ਛੋਟੇ, ਜਿਹੜੀਆਂ ਬਾਹਲੀਆਂ ਰਕਾਨਾਂ ਜੀਆਂ ਬਣਦੀਆਂ ਸੀ ਨਾ ਵਿਆਹਾਂ ਸ਼ਾਦੀਆਂ ਦੇ ਵਿੱਚ। ਛੋਟੇ ਛੋਟੇ ਜਵਾਕਾਂ ਨੂੰ ਤਾਂ ਉਹੀ ਨਹੀਂ ਸੀ ਗੋਲਦੀਆਂ, ਪੈਰ ਪੂਰਾ ਹੀ ਮਿੱਧ ਜਾਂਦੀਆਂ ਸੀ ਤੇ ਜਵਾਕ ਬਾਅਦ 'ਚ ਐਂ ਕਰਦਾ ਫਿਰਦਾ ਵੀ ਹਾਏ ਪੈਰ ਵੱਢ ਗਈ ਮੇਰਾ ਤਾਂ। ਮੁੜ ਕੇ ਜਦੋਂ ਕਿਤੇ ਰਸਗੁੱਲਿਆਂ ਤੇ ਚਟਨੀ ਵਾਲੀ ਪਲੇਟ ਭਰਨੀ ਨਾ, ਤੇ ਐਂ ਸ਼ੋਲ ਜਾਂ ਚੁੰਨੀ ਦਾ ਪੱਲਾ ਮਾਰਦੀਆਂ ਤੇ ਪਲੇਟ ਦੇ ਵਿੱਚ ਦੀ ਹੁੰਝਾਂ ਮਾਰ ਕੇ ਲੈ ਜਾਂਦੀਆਂ। ਛੋਟੇ ਜਵਾਕਾਂ ਤਾਂ ਗੋਲਦੀਆਂ ਹੀ ਨਹੀਂ ਸੀ। ਉਦੋਂ ਬੜੀ ਖੇਜ ਹੋਣੀ ਵੀ ਹੈ, ਰਸਗੁੱਲਿਆਂ ਦੀ ਚਾਸ਼ਨੀ ਤੇ ਚਟਨੀ ਇੱਕੋ ਘਰ ਗਈਆਂ ਮਾਰ ਕੇ ਸ਼ੋਲ ਦਾ ਪੱਲਾ। ਹੁਣ ਐਂ ਲੱਗਦਾ ਵੀ ਦੱਸ, ਸ਼ੋਲ ਤਾਂ ਆਪਦਾ ਹੀ ਖਰਾਬ ਕਰ ਗਈਆਂ ਸੀ, ਚਟਨੀ ਕੀ ਸੀ ਹੋਰ ਪਾ ਲੈਣੀ ਸੀਗੀ ਦੱਸ। ਉਹੀ ਕੰਮ ਇਹਨੇ ਭੈਣ ਭੂਤਨੀ ਨੇ ਕੀਤਾ ਦੱਸ, ਜਵਾਕ ਨੀ ਵੇਖਿਆ ਮਾਰ ਕੇ ਇਹਨਾਂ ਦਾ ਮੱਥਾ ਭੰਨਤਾ ਬੈਗ। ਥੋੜੀ ਜੀ ਮਦਰਲੀ ਟਾਕ ਕਰਨ ਤੋਂ ਬਾਅਦ ਮੈਂ ਦੋਹਾਂ ਨੂੰ ਸੀਨੇ ਲਾਇਆ। ਮਖਾ ਚਲੋ ਚੱਲੀਏ ਪੁੱਤਰੋ, ਸਕੂਲ ਦੇ ਵਿੱਚ ਲੇਟ ਪਾਸ ਫੇਰ ਲੈਣਾ ਅੱਜ। ਬਾਹਰ ਨਿਕਲੇ ਤੇ ਸੌਣ ਦੀ ਝੜੀ ਲੱਗੀ ਪਈ ਹੈ ਦੱਸ ਮੀਂਹ ਨਾਲ, ਕਿੱਧਰੋਂ ਜਵਾਕ ਕੱਢੀਏ ਦੱਸ। ਮਖਿਆ ਲਿਆ ਮੇਰਾ ਸ਼ੇਰ, ਮਾਰ ਕੇ ਰਾਂ ਹੰਬਲਾ ਬਿਠਾ ਕੇ ਰਾਂ ਵੱਡੇ ਜਵਾਕ ਨੂੰ। ਛੋਟਾ ਰਸਗੁੱਲਾ ਢਿੱਲਾ ਮੱਠਾ ਸੀ ਥੋੜਾ ਜਿਹਾ। ਮਖਾ ਪਾਪਾ ਜੀ ਆਜੋ, ਘੜੀ ਆ ਗਈ ਆ ਪਿਆਰ ਦੇਣ ਦੀ, ਛੋਟੇ ਰਸਗੁੱਲੇ ਨੂੰ ਆਪਦੇ ਪੋਤੇ ਨੂੰ ਆਜੋ ਆਜੋ। ਨਾਲੇ ਕੁੜੀਓ ਇਹੋ ਜਿਹੀ ਗੱਲ ਕਹਿ ਕੇ ਨਾ, ਬਸ ਸਿੱਧਾ ਨੱਕ ਦੀ ਸੇਧ ਨਾਲ ਬਾਹਰ ਨਿਕਲ ਜਾਈਦਾ ਹੁੰਦਾ, ਪਿੱਛੇ ਮੁੜ ਕੇ ਨੀ ਵੇਖੀਦਾ ਹੁੰਦਾ। ਡੋਰ ਖੋਲਿਆ ਕਾਰ ਦਾ ਤੇ ਨਾਲ ਦੀ ਨਾਲ ਨੋਕਾਂ ਵਾਲੀ ਜੁੱਤੀ ਮੈਨੂੰ ਇੱਥੇ ਲੱਭੀ। ਮਖਾ ਇੱਥੇ ਛੱਡ ਗਿਆ ਸੀ ਪਿਛਲੀ ਵਾਰ, ਪਿਛਲੇ ਹਫ਼ਤੇ ਦੱਸ? ਮਾਂ ਅੰਦਰ ਲੱਭਦੀ ਫਿਰਦੀ ਸੀ। ਆਏ ਮੇਰੀ ਛੋਣੀ ਜੀ ਮਾਇਰੂ, ਬਾਲੇ ਪਿਆਰ ਕਰਦੀ ਆ। ਵੱਡੀਆਂ ਭੈਣਾਂ ਨਾ ਵਾਕਈ ਮਾਵਾਂ ਵਰਗੀਆਂ ਹੁੰਦੀਆਂ, ਅੱਧਿਓਂ ਵੱਧ ਰਿਸਪੋਂਸੀਬਿਲਿਟੀ ਚੱਕ ਲੈਂਦੀਆਂ ਨੇ। ਮੈਂ ਨਾ ਮੁੰਡੇ ਨੂੰ ਇੰਨੀ ਦੇਰ ਦੀ ਕਹੀ ਜਾਂਦੀ ਹੈ ਵੀ ਇੱਧਰ ਦੇਖ ਇੱਧਰ ਦੇਖ, ਉਹਨੂੰ ਪਤਾ ਵੀ ਫੋਨ ਔਨ ਕੀਤਾ ਹੋਇਆ ਤੇ ਅਸੀਂ ਘਚੋਨੀ ਦੇ ਕੇ ਇੱਧਰ ਦਿਖਾਈ ਲਿਆ ਕੈਮਰੇ ਵਾਲੀ ਨੂੰ। ਮੈਂ ਕਿਹਾ ਹੁਣ ਚੰਗਾ ਰਿਹਾ, ਜਿਹੜੇ ਸਕੂਲ 'ਚ ਨਾ ਤੂੰ ਪੜ੍ਹਾਈ ਕਰਦਾ ਤੇਰੀ ਮੰਮੀ ਉਹ ਤੋਂ ਪ੍ਰਿੰਸੀਪਲ ਰਿਟਾਇਰ ਹੋ ਚੁੱਕੀ ਆ, ਸੋ ਡੋਂਟ ਬੀ ਓਵਰ ਸਮਾਰਟ। ਸਾਡੇ ਆ ਯਾਤਾਯਾਨ ਵਾਹਨ ਦੇ ਵਿੱਚ ਹੋਰ ਕੁਛ ਲੱਭੇ ਨਾ ਲੱਭੇ, ਟਿਸ਼ੂ ਪੇਪਰਾਂ ਦੇ ਬਾਕਸ ਤਾਂ ਨਾ ਥੋਕ 'ਚ ਹੀ ਪਏ ਨੇ। ਬਾਹਰ ਨਾ ਇੰਡੀਆ ਵਾਲੀ ਧੁੰਦ ਸੀ, ਜਾਣੀ ਪੰਜਾਬ ਵਾਲੀ ਫੀਲਿੰਗ ਆ ਗਈ, ਕਿਉਂਕਿ ਆਪਣੇ ਕੋਲ ਟਾਈਮ ਹੀ ਟਾਈਮ ਸੀ, ਥੋੜਾ ਅਰਲੀ ਨਿਕਲੇ ਸੀ। ਸੋ ਮੈਂ ਕੀ ਕੀਤਾ ਭਾਈ, ਮੈਨੂੰ ਲੱਗੀ ਵਧੀਆ ਜੀ ਸੀਨਰੀ ਜੀ, ਤੇ ਮੈਂ ਸਾਈਡ ਤੇ ਲਾ ਕੇ ਕਾਰ ਨਾ, ਤੇ ਮੈਂ ਵੀਡੀਓ ਬਣਾਉਣ ਲੱਗ ਗਈ, ਤੇ ਪਿੱਛੇ ਕਾਰ ਆਉਂਦੀ ਸੀ, ਕਾਰ ਵਾਲੀ ਬੀਬੀ ਨੇ ਹੌਰਨ ਮਾਰਿਆ, ਕਹਿੰਦੀ ਵਿਚਾਲੇ ਕਿੱਥੇ ਲਾ ਕੇ ਤੁਸੀਂ ਵੀਡੀਓ ਕਰਨ ਲੱਗ ਗਏ, ਤੇ ਸਾਰੇ ਰਾਹ ਅੱਖ ਨੀ ਮਿਲਾਈ ਮੈਂ ਉਹਦੇ ਨਾਲ, ਮੇਰੇ ਮਗਰ ਮਗਰ ਹੀ ਆਈ ਆ ਸਕੂਲ ਤੱਕ। ਲਓ ਜੀ, ਜਵਾਕਾਂ ਨਾਲ ਹਾਸੀਆਂ ਖੇਡੀਆਂ ਕਰਦੇ ਕਰਦੇ ਆਪਾਂ ਸਕੂਲ ਪਹੁੰਚ ਗਏ ਹਾਂ। ਉਸ ਤੋਂ ਬਾਅਦ ਆਪਣੀ ਕਲਾਸ 'ਚ ਜਾਣ ਤੋਂ ਪਹਿਲਾਂ ਮਾਇਰਾ ਨੇ ਪਹਿਲੀ ਪੌੜੀ ਦਾ ਪਾਠ ਕੀਤਾ। ਇਹ ਨਾ ਰੂਟੀਨ ਮੇਰੀ ਉਦੋਂ ਤੋਂ ਚੱਲਦੀ ਆਈ ਹੈ ਜਦੋਂ ਮਾਇਰਾ ਨੂੰ ਨਾ ਹਜੇ ਬੋਲਣਾ ਵੀ ਨਹੀਂ ਸੀ ਆਉਂਦਾ ਚੰਗੀ ਤਰ੍ਹਾਂ। ਮੈਂ ਜਦੋਂ ਇਹਨੂੰ ਚਾਈਲਡ ਕੇਅਰ ਛੱਡਣ ਜਾਂਦੀ ਸੀ ਨਾ, ਮੈਂ ਅੱਗੇ ਅੱਗੇ ਪਹਿਲੀ ਪੌੜੀ ਦਾ ਪਾਠ ਕਰਨਾ, ਚਾਹੇ ਉਹਨੂੰ ਸੁਣਨਾ ਚਾਹੇ ਨਹੀਂ ਸੁਣਨਾ, ਚਾਹੇ ਉਹਨੇ ਕਈ ਵਾਰੀ ਇੱਕ ਦੋ ਸ਼ਬਦ ਰਿਪੀਟ ਕਰਨੇ, ਕਦੇ ਨਹੀਂ ਵੀ ਕਰਨੇ, ਕਿਉਂਕਿ ਬੱਚੇ ਕਦੇ ਸੁਣਦੇ ਹੁੰਦੇ ਆ ਕਦੇ ਨਹੀਂ ਸੁਣਦੇ ਹੁੰਦੇ।
ਪਰ ਮੈਂ ਆਪਣਾ ਉਹ ਰੂਟੀਨ ਕੰਟੀਨਿਊ ਕੀਤਾ ਅਤੇ ਇੱਕ ਦਿਨ ਅਚਾਨਕ ਹੀ ਜਦੋਂ ਮੈਂ ਉਹਨੂੰ ਚਾਈਲਡ ਕੇਅਰ ਛੱਡਣ ਜਾ ਰਹੀ ਸੀ ਨਾ ਅਤੇ ਰਾਹ 'ਚ ਜਦੋਂ ਮੈਂ ਪਾਠ ਕਰਨ ਲੱਗੀ ਅਤੇ ਮੈਨੂੰ ਕਹਿੰਦੀ ਮੰਮਾ ਮੈਂ ਕਰਾਊਂਗੀ, ਮੈਨੂੰ ਉਹਦੇ ਇੰਨੀ ਹੈਰਾਨੀ ਹੋਈ ਕਿ ਬਿਲਕੁਲ ਬੱਚੇ ਸੁਣਦੇ ਆ ਤੁਸੀਂ ਜੋ ਵੀ ਕੁਛ ਕਹਿੰਦੇ ਹੋ, ਚਾਹੇ ਤੁਹਾਨੂੰ ਲੱਗਦਾ ਹੁੰਦਾ ਕਿ ਸਾਡਾ ਬੱਚਾ ਇੱਧਰ ਅਟੈਨਸ਼ਨ ਨਹੀਂ ਦੇ ਰਿਹਾ, ਪਰ ਜੇ ਤੁਸੀਂ ਉਹਨਾਂ ਨੂੰ ਪਾਠ ਸਿਖਾਉਣਾ ਚਾਹੁੰਦੇ ਆ ਜਾਂ ਕੁਛ ਵੀ ਸਿਖਾਉਣਾ ਚਾਹੁੰਦੇ ਹੋ ਨਾ, ਆਪਦੇ ਵੱਲੋਂ ਮਿਹਨਤ ਜਾਰੀ ਰੱਖਿਓ, ਕਿਉਂਕਿ ਉਹਨਾਂ ਦੇ ਦਿਮਾਗ 'ਚ ਕੁਛ ਨਾ ਕੁਛ ਪੈ ਰਿਹਾ ਅਤੇ ਕੁਛ ਕੁ ਮਹੀਨਿਆਂ ਦੇ ਵਿੱਚ ਤੁਸੀਂ ਰਿਜ਼ਲਟ ਦੇਖੋਗੇ ਕਿ ਇੱਕਦਮ ਤੁਹਾਡਾ ਬੱਚਾ ਵੀ ਸ਼ੁਰੂ ਹੋ ਜਾਊਗਾ ਉਹ ਚੀਜ਼ ਕਰਨੀ। ਅਤੇ ਉਹ ਦਿਨ ਸੀ, ਉਸ ਤੋਂ ਬਾਅਦ ਮਾਇਰਾ ਨੇ ਹਮੇਸ਼ਾ ਪਹਿਲਾਂ ਮੂਹਰੇ ਪਾਠ ਬੋਲਣਾ ਅਤੇ ਉਸ ਤੋਂ ਬਾਅਦ ਮੈਂ ਪਿੱਛੇ ਪਿੱਛੇ ਪਾਠ ਕਰਨਾ। ਅਤੇ ਹੁਣ ਇਹੀ ਚੀਜ਼ ਮੈਂ ਆਪਣੇ ਛੋਟੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੀ ਹਾਂ। ਉਦਮ ਪਿੱਛੇ ਕਾਰ 'ਚ ਬੈਠਾ ਸੀ, ਉਹਨੇ ਪਾਠ ਨਹੀਂ ਕੀਤਾ, ਪਰ ਮਾਇਰਾ ਪਾਠ ਕਰ ਰਹੀ ਸੀ, ਮੈਂ ਕਰ ਰਹੀ ਸੀ, ਸੋ ਸਿਰਫ ਸੁਣ ਰਿਹਾ ਸੀ ਜਿੰਨਾ ਵੀ ਸੁਣ ਰਿਹਾ ਸੀ। ਸੋ ਅਸੀਂ ਇਹਨੂੰ ਇੱਕ ਗੁੱਡ ਐਗਜ਼ਾਮਪਲ ਦੇ ਰਹੇ ਸੀ ਕਿ ਹਾਂਜੀ ਬੇਟਾ ਇਹ ਆਪਣੀ ਰੂਟੀਨ ਆ, ਅਤੇ ਤੁਸੀਂ ਦੇਖਿਓ ਕਿ ਇਨ ਨੋ ਟਾਈਮ ਉਹ ਬੱਚੇ ਨੇ ਇਹ ਸਾਰਾ ਯਾਦ ਕਰ ਲੈਣਾ ਜਿਹੜਾ ਪਾਠ ਅਸੀਂ ਕਰਕੇ ਜਾਂਦੇ ਹਾਂ, ਅਤੇ ਉਹਨੂੰ ਪਤਾ ਲੱਗੂ ਕਿ ਹਾਂਜੀ ਸੁਬਹਾ ਸੁਬਹਾ ਇਹ ਰੂਟੀਨ ਫੋਲੋ ਕਰੀਦੀ ਆ ਕਿ ਪਰਮਾਤਮਾ ਦਾ ਨਾਂ ਲੈ ਕੇ ਦਿਨ ਸ਼ੁਰੂ ਕਰਨਾ ਬਹੁਤ ਵਧੀਆ ਚੀਜ਼ ਹੁੰਦੀ ਆ। ਸੋ ਕੋਈ ਵੀ ਚੀਜ਼ ਸਿਖਾਉਂਦੇ ਹੋਏ ਆਪਣੇ ਬੱਚਿਆਂ ਨੂੰ ਪੇਸ਼ੈਂਸ ਰੱਖਿਆ ਕਰੋ, ਇੱਕ ਅੱਧੇ ਦਿਨ ਦੀ ਗੱਲ ਨਹੀਂ ਹੁੰਦੀ, ਹੌਲੀ ਹੌਲੀ ਕਰਕੇ ਤੁਹਾਡਾ ਬੱਚਾ ਸਿੱਖ ਜਾਂਦਾ। ਅਤੇ ਇੱਕ ਹੋਰ ਕਿਊਟ ਜੀ ਚੀਜ਼ ਜਿਹੜੀ ਸਾਡੀ ਰੂਟੀਨ ਦਾ ਪਾਰਟ ਆ, ਜਦੋਂ ਵੀ ਮੈਂ ਮਾਇਰਾ ਨੂੰ ਸਕੂਲ ਡਰੋਪ ਕਰਨ ਜਾਂਦੀ ਹਾਂ, ਮੈਂ ਹਮੇਸ਼ਾ ਪਾਰਕਿੰਗ ਦੇ ਵਿੱਚ ਵੇਟ ਕਰਦੀ ਹੁੰਦੀ ਹਾਂ ਕਿ ਉਹ ਆਪਣੇ ਕਲਾਸਰੂਮ ਦੇ ਵਿੱਚ ਚਲੀ ਜਾਵੇ, ਤਾਂ ਕਿ ਮੇਰੇ ਮਨ ਨੂੰ ਸ਼ਾਂਤੀ ਹੋਵੇ ਕਿ ਬੱਚਾ ਸਕੂਲ ਚਲਾ ਗਿਆ, ਐਂਟਰ ਕਰ ਗਿਆ। ਅਤੇ ਮੈਂ ਸ਼ੁਰੂ ਤੋਂ ਉਹਨੂੰ ਇਹ ਸਿਖਾਇਆ ਕਿ ਆਪਣੀ ਕਲਾਸ ਦੇ ਬਾਹਰ ਜਾ ਕੇ ਨਾ ਬੇਟਾ ਮੈਨੂੰ ਇੱਕ ਵਾਰ ਬਾਏ ਕਰ ਦੀ, ਮੈਂ ਉਨੀ ਦੇਰ ਨਹੀਂ ਜਾਣਾ। ਸੋ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਮੈਂ ਸਪੈਸ਼ਲੀ ਇਹ ਮੂਮੈਂਟਸ ਕੈਪਚਰ ਕਰਦੀ ਹੁੰਦੀ ਹਾਂ ਕਿ ਮਾਇਰਾ ਨੇ ਉੱਥੇ ਜਾ ਕੇ ਮੈਨੂੰ ਬਾਏ ਕੀਤੀ ਹੈ। ਮੇਰੇ ਕੋਲ ਇਹਦੇ ਨਾਲ ਦੀਆਂ ਬਹੁਤ ਸਾਰੀਆਂ ਵੀਡੀਓਜ਼ ਪਈਆਂ ਨੇ ਅਤੇ ਮੈਨੂੰ ਇਹ ਚੀਜ਼ਾਂ ਨਾ ਇੰਨੀਆਂ ਕਿਊਟ ਲੱਗਦੀਆਂ, ਮੇਰਾ ਦਿਨ ਵੀ ਇੱਕ ਵਧੀਆ ਤਰੀਕੇ ਨਾਲ ਸ਼ੁਰੂ ਹੁੰਦਾ ਇਹ ਜਿਹੜੀਆਂ ਚੀਜ਼ਾਂ ਬੱਚਿਆਂ ਨਾਲ ਆਪਾਂ ਕਰਦੇ ਹਾਂ। ਅਤੇ ਉਸ ਤੋਂ ਬਾਅਦ ਉਧਮ ਸਿੰਘ ਅਤੇ ਮੈਂ ਛਮ ਛਮ ਕਰਦੀ ਹੋਈ ਬਾਰਿਸ਼ ਦੇ ਵਿੱਚ ਹੀ ਘਰੇ ਵਾਪਸ ਆ ਗਏ ਹਾਂ। ਘਰੇ ਐਂਟਰ ਕਰਨ ਤੋਂ ਪਹਿਲਾਂ ਮੈਨੂੰ ਲੱਗਿਆ ਉਹਨੂੰ ਥੋੜ੍ਹਾ ਖੁਸ਼ ਕੀਤਾ ਜਾਵੇ, ਮੈਂ ਉਹਦੇ ਲਈ ਵੀਲਸ ਔਨ ਦਾ ਬੱਸ ਕੀਤਾ, ਮੈਨੂੰ ਉਹ ਐਕਸ਼ਨਸ ਕਰਕੇ ਦਿਖਾਏ ਜਿਹੜੇ ਅਸੀਂ ਘਰੇ ਕਰਦੇ ਹਾਂ ਰੂਟੀਨ ਦੇ ਵਿੱਚ, ਵਾਈਪਰਸ ਔਨ ਦਾ ਬੱਸ ਗੋ ਕਿ ਇੱਦਾਂ ਇੱਦਾਂ ਵਾਈਪਰਸ ਚੱਲਦੇ ਨੇ ਬੱਸ ਦੇ। ਤੋ ਐਡਾ ਖੁਸ਼ ਹੋਇਆ ਦੇਖ ਕੇ, ਉਹਦੇ ਚਿਹਰੇ ਦੀ ਖੁਸ਼ੀ ਦੱਸਦੀ ਹੈ ਕਿ ਉਹਨੂੰ ਕਿੰਨਾ ਵਧੀਆ ਲੱਗਦਾ ਜਦੋਂ ਮੈਂ ਇਹ ਗਾਣਾ ਗਾਉਂਦੀ ਹਾਂ, ਨਰਸਰੀ ਰਾਈਮ ਗਾਉਂਦੀ ਹਾਂ। ਇਹੋ ਜਿਹੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਉਹ ਇੱਕਦਮ ਹੀ ਸ਼ੁਰੂ ਹੋ ਜਾਂਦਾ ਜਿਹੜਾ ਵੀ ਮੈਂ ਕੋਈ ਉਹਨੂੰ ਕੁਛ ਸਿਖਾਉਣੀ ਹੁੰਦੀ ਹਾਂ, ਉਹ ਪ੍ਰੋਪਰ ਉਵੇਂ ਬੋਲਣ ਲੱਗ ਜਾਂਦਾ, ਉਵੇਂ ਗਾਉਣ ਲੱਗ ਜਾਂਦਾ। ਸੋ ਦੈਟ ਮੀਨਸ ਹੀ ਇਜ਼ ਲਿਸਨਿੰਗ। ਫਿਰ ਉਸ ਤੋਂ ਬਾਅਦ ਬਾਰਿਸ਼ ਦੇ ਵਿੱਚ ਹੀ ਮੈਂ ਉਹਨੂੰ ਲੈ ਕੇ ਫਟਾਫਟ ਅੰਦਰ ਗਈ। ਘਰੇ ਜਾਂਦਿਆਂ ਹੀ ਉਹਨੇ ਕਿਹਾ ਕਿ ਮੰਮਾ ਅੱਜ ਮੈਂ ਗੁੜ ਵਾਲੀ ਚੂਈ ਖਾਣੀ ਆ, ਅਤੇ ਮੇਰਾ ਦਿਲ ਤਾਂ ਗਦ ਗਦ ਕਰ ਉੱਠਿਆ। ਮੈਂ ਕਿਹਾ ਮੇਰੇ ਨਿਆਣੇ ਨੇ ਖੁਦ ਗੁੜ ਵਾਲੀ ਚੂਈ ਮੰਗੀ ਆ, ਇਹ ਖਾਣੇ 'ਚ ਬਹੁਤ ਜ਼ਿਆਦਾ ਫਸੀ ਆ। ਸੋ ਉਹਦੇ ਕਹਿੰਦੇ ਆ ਸਾਰੀ, ਮੈਂ ਕਿਹਾ ਇਦੋਂ ਪਹਿਲਾਂ ਇਹਦਾ ਦਿਮਾਗ ਫਿਰ ਬਦਲ ਜਾਵੇ। ਮੈਂ ਨਾਲ ਦੀ ਨਾਲ ਗੁੜ ਵਾਲੀ ਚੂਰੀ ਬਣਾਈ ਅਤੇ ਮੈਂ ਬੱਚਿਆਂ ਨੂੰ ਖਵਾਈ, ਅਤੇ ਅਸੀਂ ਉਸ ਤੋਂ ਬਾਅਦ ਕਿਊਟ ਜਿਹੀਆਂ ਲੁੱਡੀਆਂ ਪਾਈਆਂ, ਜਿਹੜਾ ਸਾਡੇ ਦਿਨ ਦਾ ਨਾ ਬਹੁਤ ਵਧੀਆ ਪਾਰਟ ਹੁੰਦਾ ਹਮੇਸ਼ਾ। ਵੀ ਇੰਜੋਏ ਦੈਟ, ਛੋਟੇ ਛੋਟੇ ਪਲ ਆਪਣੇ ਬੱਚਿਆਂ ਦੇ ਨਾਲ, ਆਈ ਐਮ ਜਸਟ ਲਵਿੰਗ ਇਟ। ਸ਼ੁਕਰਾਨਾ ਵਾਹਿਗੁਰੂ ਜੀ ਜ਼ਿੰਦਗੀ ਦੇ ਵਿੱਚ ਇੰਨੇ ਸੋਹਣੇ ਪਲ ਦੇਣ ਲਈ। ਲਓ ਜੀ, ਇਹ ਸੀ ਅੱਜ ਦੀ ਪਿਆਰੀ ਜੀ ਮੋਰਨਿੰਗ ਸਾਡੀ, ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਅਤੇ ਹਾਂ, ਜੇ ਸਾਡੇ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰ ਲਿਓ ਫੋਰ ਮੋਰ ਵੀਡੀਓਜ਼। ਅਤੇ ਜਿੱਦਾਂ ਕਿ ਮੈਂ ਹਮੇਸ਼ਾ ਕਹਿੰਦੀ ਹਾਂ, ਡੋਂਟ ਫੋਰਗੇਟ ਟੂ ਸੇ ਲਵ ਯੂ ਅ ਜ਼ਿੰਦਗੀ। ਜ਼ਿੰਦਗੀ ਜਿਉਣ ਦਾ ਮਜ਼ਾ ਆ ਰਿਹਾ, ਅਤੇ ਛੋਟੇ ਛੋਟੇ ਪਲ ਜਿਉਣਾ ਸਿੱਖੋ, ਕਿਉਂਕਿ ਆਪਾਂ ਬਹੁਤ ਜ਼ਿਆਦਾ ਵੇਸਟ ਕਰਦੇ ਇਹਨਾਂ ਚੀਜ਼ਾਂ ਨੂੰ, ਅਤੇ ਆਪਾਂ ਵੱਡੀਆਂ ਖੁਸ਼ੀਆਂ ਵੱਲ ਨੂੰ ਭੱਜੇ ਜਾਂਦੇ ਹਾਂ। ਪਰ ਇਹ ਪਲ ਜੇ ਤੁਸੀਂ ਇੰਜੋਏ ਕਰਨਾ ਸ਼ੁਰੂ ਕਰ ਦੋਗੇ ਨਾ, ਤੁਹਾਡੀ ਸੋਚ ਆਪਦੀ ਆਪ ਹੀ ਵਧੀਆ ਹੋਣੀ, ਪੋਜ਼ਿਟਿਵ ਹੋਣੀ ਸ਼ੁਰੂ ਹੋ ਜੂਗੀ।